ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੂੰ ਇੱਕ ਮਰੀਜ਼ ਨੇ ਕੀਤੀ ਸ਼ਹਿਰ ਦੇ ਵਿੱਚ ਸੱਟਾ ਚੱਲਣ ਦੀ ਸ਼ਿਕਾਇਤ। ਮੌਕੇ ਤੇ ਹੀ ਵਿਧਾਇਕ ਨੇ ਡੀਐਸਪੀ ਨੂੰ ਲਗਾਇਆ ਫੋਨ, ਕਿਹਾ ਸੱਟੇ ਵਾਲਿਆਂ ਦੇ ਖਿਲਾਫ ਕੀਤੀ ਜਾਵੇ ਕਾਰਵਾਈ। ਫਾਜ਼ਿਲਕਾ ਦੇ ਵਿੱਚ ਸੱਟਾ ਪੂਰੀ ਤਰ੍ਹਾਂ ਨਾਲ ਬੰਦ ਹੈ, ਇਹ ਦਾਅਵਾ ਅਸੀਂ ਨਹੀਂ ਪੁਲਿਸ ਕਰ ਰਹੀ ਹੈ। ਪੁਲਿਸ ਦੇ ਦਾਅਵਿਆਂ ਤੋਂ ਬਾਅਦ ਫਾਜ਼ਿਲਕਾ ਸਿਵਲ ਹਸਪਤਾਲ ਦੇ ਵਿੱਚ ਇੱਕ ਵਿਅਕਤੀ ਵੱਲੋਂ ਵਿਧਾਇਕ ਦੇ ਸਾਹਮਣੇ ਸ਼ਹਿਰ ਦੇ ਵਿੱਚ ਸੱਟਾ ਚੱਲਣ ਦਾ ਖੁਲਾਸਾ ਕੀਤਾ ਗਿਆ, ਜਿਸ ਤੋਂ ਬਾਅਦ ਵਿਧਾਇਕ ਵੱਲੋਂ ਡੀਐਸਪੀ ਨੂੰ ਫੋਨ ਲਗਾਇਆ ਗਿਆ ਅਤੇ ਸਾਰੇ ਸੱਟੇ ਵਾਲਿਆਂ ਦੇ ਖਿਲਾਫ ਕਾਰਵਾਈ ਦੇ ਲਈ ਡੀਐਸਪੀ ਨੂੰ ਕਿਹਾ। ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਫਾਜ਼ਿਲਕਾ ਦੇ ਵਿੱਚ ਸੱਟਾ ਪੂਰੀ ਤਰ੍ਹਾਂ ਨਾਲ ਬੰਦ ਹੈ, ਇਹ ਦਾਅਵਾ ਪੁਲਿਸ ਵੱਲੋਂ ਕੀਤਾ ਜਾ ਰਿਹਾ, ਲੇਕਿਨ ਇਸ ਤੋਂ ਬਾਅਦ ਵੀ ਇਸ ਵਿਅਕਤੀ ਵੱਲੋਂ ਸੱਟਾ ਚੱਲਣ ਦੀ ਗੱਲ ਕਹੀ ਗਈ ਹੈ। ਉਹਨਾਂ ਨੇ ਡੀਐਸਪੀ ਨੂੰ ਕਿਹਾ ਕਿ ਤੁਰੰਤ ਸਾਰੇ ਸੱਟੇ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਸ਼ਹਿਰ ਦੇ ਵਿੱਚ ਸੱਟੇ ਦਾ ਕਾਰੋਬਾਰ ਬੰਦ ਹੋ ਸਕੇ। अपने मुलाजम पुलिस मुलाजम सारी पुलिस कहती सट्टा हो गया बंद। मेरे को एक इत्थे खड़ा है राकेश कुमार खड़ा, मैनू मिलिया सिविल हॉस्पिटल मुंशी राम मेहरा गली है फाजिलका। ये कितने सट्टे वाले ना कोई इन्हों का झगड़ा होया है, उन्होंने सिर से सट बजी है। तुहाडा झगड़ा कित्थे है? जटिया महल्ले दे विच है। हाँ एक मिनट, कौन सट्टा लवाउंदा? सिप्पा कोई हैगा सट्टा लवाउंदा है? नहीं नहीं, एक वो तो रात होर सीगा, ये होर मैटर है। ਤੁਸੀਂ ਨਾ ਐ ਕਰੋ, ਇਮੀਡੀਏਟ ਉਹਦਾ ਪਤਾ ਕਰੋ ਕਿਹੜਾ ਹੈਗਾ ਸੱਤਾ। ਮੈਂ ਨਾਲ ਚੱਲਦਾ ਰਹਿਣਾ, ਮੈਂ ਖਾ ਦਿੰਦਾ ਕਾਰਨ। ਮੈਂ ਐ ਕਰਦਾ, ਇਹਨਾਂ ਨੂੰ ਮੈਂ ਥਾਣੇ ਭੇਜ ਦਿੰਦਾ। ਹਾਂ ਮੈਂ ਥਾਣੇ ਸਿਟੀ ਭੇਜਦਾ SHO ਸਾਹਿਬ ਕੋਲ। ਤੁਹਾਡਾ ਕੀ ਨਾਮ ਸੀ? ਰਕੇਸ਼ ਕੁਮਾਰ, ਸਹੀ ਨਾਮ ਹੈ ਇਹਨਾਂ ਦਾ। ਠੀਕ ਹੈ, ਉਹ ਇਮੀਡੀਏਟ ਅੱਜ ਜਿਹੜੇ ਸੱਟਾ ਲਵਾਉਂਦੇ ਨੇ ਸਾਰਿਆਂ ਨੂੰ ਅਰੈਸਟ ਕਰਕੇ ਅੰਦਰ ਅਤੇ ਉਹਦੇ ਨਾਲ ਕਾਰਵਾਈ ਕਰੋ ਸਾਰਿਆਂ ਨੂੰ। ਹੁਣੇ ਭੇਜਦਾ ਮੈਂ, ਹੁਣੇ ਮੈਂ SHO ਸਾਹਿਬ ਕੋਲ ਭੇਜਦਾ, ਸਾਰੇ ਨਾਮ ਦੱਸੂਗਾ, ਕਿੱਥੇ ਸੱਟਾ ਲਾਉਂਦੇ ਨੇ ਸਾਰਾ ਕੁਝ ਦੱਸੂਗਾ। ਹਾਂ ਇਹ ਪੁਲਿਸ ਆਪਣੀ ਨੂੰ ਪਤਾ ਨਹੀਂ ਲੱਗਦਾ ਅਤੇ ਹੁਣ ਤਾਂ ਆਪਣੇ ਜਿਹੜੇ ਨਾਗਰਿਕ ਨੇ ਇਹ ਦੱਸਣਗੇ ਸਾਰਿਆਂ ਨੂੰ, ਅਤੇ ਕੰਮ ਤੁਸੀਂ ਹੁਣ ਜਿੰਨੀ ਵੀ ਕਾਰਵਾਈ ਕਰੋ। ਓਕੇ ਸਾਰਿਆਂ ਦੇ ਨਾਮ ਦੱਸਣੇ ਨੇ, ਠੀਕ ਹੈ। ਇਹ ਤਾਂ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਅਸੀਂ ਹਦਾਇਤਾਂ ਕੀਤੀਆਂ ਹੋਈਆਂ, ਕੋਈ ਵੀ ਜਿਹੜਾ ਗੈਰ ਕਾਨੂੰਨੀ ਕੰਮ ਹੈ ਉਹ ਸਾਡੇ ਫਾਜ਼ਿਲਕਾ ਦੇ ਵਿੱਚ ਨਾ ਹੋਵੇ। ਪਰ ਸਾਡੇ ਕੋਲ ਹੁਣ ਪੁਲਿਸ ਦੇ ਕਹਿਣ ਦੇ ਬਾਵਜੂਦ, ਪੁਲਿਸ ਨੇ ਕਿਹਾ ਵੀ ਸਾਨੂੰ ਸੱਟਾ ਜਾਂ ਕੋਈ ਵੀ ਇਹੋ ਜਿਹੇ ਗੈਰ ਕਾਨੂੰਨੀ ਕੰਮ ਨੇ ਬੰਦ ਨੇ, ਪਰ ਮੇਰੇ ਕੋਲ ਹੁਣ ਇਨਫੋਰਮੇਸ਼ਨ ਆਈ ਹੈ, ਮੇਰੇ ਕੋਲ ਕੋਈ ਇੱਥੇ ਪੀੜਤ ਵਿਅਕਤੀ ਆਇਆ ਹੈ, ਤਾਂ ਮੈਂ ਨਾਲ ਦੀ ਨਾਲ ਹੀ ਪੁਲਿਸ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਹੁਣੇ ਹੁਣੇ ਇਮੀਡੀਏਟ ਉਹਨਾਂ ਸਾਰਿਆਂ 'ਤੇ ਕਾਰਵਾਈ ਕੀਤੀ ਜਾਵੇ ਜਿਹੜਾ ਸੱਟੇ ਦਾ ਕੰਮ ਚਲਾ ਰਹੇ ਨੇ ਜਾਂ ਕੋਈ ਵੀ ਜਿਹੜਾ ਗੈਰ ਕਾਨੂੰਨੀ ਕੰਮ ਕਰ ਰਹੇ ਨੇ। ਸਾਡੀ ਪੂਰੀ ਪੁਲਿਸ ਨੂੰ ਇਹੀ ਹਦਾਇਤ ਹੁੰਦੀ ਹੈ, ਕੋਈ ਵੀ ਗੈਰ ਕਾਨੂੰਨੀ ਕੰਮ ਹੈ ਜਿਹੜਾ ਸਾਡੇ ਸ਼ਹਿਰ ਫਾਜ਼ਿਲਕਾ ਹਲਕੇ ਦੇ ਵਿੱਚ ਕਿਤੇ ਵੀ ਨਾ ਹੋਵੇ। ਆਹ ਮੇਰੇ ਕੋਲ ਹੁਣ ਜਿਵੇਂ ਵੀ ਮੈਨੂੰ ਮਿਲੇ ਨੇ, ਮੇਰੇ ਕੋਲ ਇਹਨਾਂ ਦੀ ਇਨਫੋਰਮੇਸ਼ਨ ਇਹਨਾਂ ਨੇ ਦਿੱਤੀ ਹੈ, ਨਾਲ ਦੀ ਨਾਲ ਮੈਂ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ, ਇਮੀਡੀਏਟ ਜੋ ਇਹੋ ਜਿਹਾ ਗੈਰ ਕਾਨੂੰਨੀ ਕੰਮ ਕਰ ਰਹੇ ਨੇ ਉਹਨਾਂ 'ਤੇ ਐਕਸ਼ਨ ਲਿਆ ਜਾਵੇ ਔਰ ਉਹਨਾਂ 'ਤੇ ਕਾਰਵਾਈ ਕਰਕੇ ਉਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਬੰਦ ਕੀਤਾ ਜਾਵੇ। ਬਦਮਾਸ਼ੀ ਕਰ ਰਹੇ ਨੇ ਔਰ ਇਹੋ ਜਿਹੀ ਬਦਮਾਸ਼ੀ ਜਾਂ ਗੈਰ ਕਾਨੂੰਨੀ ਕੰਮ ਮੈਂ ਬਰਦਾਸ਼ਤ ਨਹੀਂ ਕਰਾਂਗਾ ਕਿ ਮੇਰੇ ਫਾਜ਼ਿਲਕਾ ਦੇ ਵਿੱਚ ਜੇ ਚੱਲਣ। ਕੀ ਗੱਲਬਾਤ ਹੋਈ ਹੈ, ਕੀ ਦੱਸਿਆ ਗਿਆ ਜੀ ਤੁਹਾਨੂੰ, ਇਹਨਾਂ ਜਿਹੜਾ ਵਿਅਕਤੀ ਤੁਹਾਨੂੰ ਮਿਲਿਆ ਜੀ? ਇਹਨਾਂ ਦੀ ਕੋਈ ਝਗੜਾ ਹੋਇਆ ਕਿ ਕੋਈ ਸੱਟਾ ਲਗਾਉਣ ਵਾਲੇ ਹੈਗੇ ਹੈ ਕੋਈ ਵਿਅਕਤੀ, ਜਿਹੜੇ ਇਹਨਾਂ ਦੇ ਨਾਮ ਦੱਸੇ ਹੈ, ਉਹ ਕੋਈ ਝਗੜੇ ਹੋਇਆ ਸੀ, ਉਸ ਤੋਂ ਬਾਅਦ ਮੈਨੂੰ ਮਿਲੇ ਨੇ ਹੁਣੇ ਔਰ ਮੈਂ ਨਾਲ ਦੀ ਨਾਲ ਇਮੀਡੀਏਟ ਪੁਲਿਸ ਅਫਸਰਾਂ ਦੀ ਡਿਊਟੀ ਲਗਾਈ। ਲੱਗਦਾ ਕਿ ਗਰੀਬਾਂ ਦੇ ਮਤਲਬ ਕਿ ਸਿੱਧਾ ਡਾਕਾ ਪੈ ਰਿਹਾ, ਮਤਲਬ ਕਿ ਜੇਬਾਂ ਦੇ ਅੰਦਰ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਸੱਟੇ ਲੱਗਦੇ ਨੇ? ਦੇਖੋ ਪੁਲਿਸ ਨੇ ਪਹਿਲਾਂ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ, ਸਾਡੀਆਂ ਹਦਾਇਤਾਂ ਮੁਤਾਬਕ ਪੁਲਿਸ ਨੇ ਵੱਖ ਵੱਖ ਥਾਵਾਂ 'ਤੇ ਛਾਪੇਮਾਰੀਆਂ ਕਰਕੇ ਜਿਹੜੇ ਸੱਟਾ ਲਗਾਉਂਦੇ ਨੇ ਜਾਂ ਇਸ ਕੰਮ ਦੇ ਇਸ ਧੰਦੇ ਦੇ ਵਿੱਚ ਇਨਵੋਲਵ ਨੇ ਉਹਨਾਂ ਸਾਰਿਆਂ 'ਤੇ ਕਾਰਵਾਈਆਂ ਕੀਤੀਆਂ ਨੇ, ਪਰ ਕਿਤੇ ਕਿਤੇ ਫਿਰ ਉਹ ਜ਼ਮਾਨਤ ਲੈ ਕੇ ਜੇਲ੍ਹ ਤੋਂ ਰਿਹਾਅ ਹੋ ਕੇ ਇੱਥੇ ਬਾਹਰ ਆ ਜਾਂਦੇ ਨੇ, ਫਿਰ ਕੰਮ ਸ਼ੁਰੂ ਕਰ ਦਿੰਦੇ ਨੇ। ਮੈਨੂੰ ਲੱਗਦਾ ਇਹ ਉਹੀ ਮੈਟਰ ਹੈ ਜੇ ਕਿ ਪਹਿਲਾਂ ਵੀ ਉਹਨਾਂ 'ਤੇ ਕਾਰਵਾਈਆਂ ਹੋਈਆਂ ਨੇ, ਜੇ ਉਹ ਬਾਹਰ ਆਏ ਦੁਬਾਰਾ ਫਿਰ ਅਸੀਂ ਉਹਨਾਂ 'ਤੇ ਕਾਰਵਾਈ ਕਰਾਂਗੇ। ਔਰ ਮੈਂ
जो भी गैर कानूनी काम फाजिलका दे विच कर रहे हैं सारे नू मैं ये चेतावनी दिना जां तां गैर कानूनी काम बंद कर दिओ नहीं तां असीं हर एक ते कार्रवाई करके सारे नू जेलां दे विच बंद करांगे किसी नू भी कोई नजायज काम नहीं करन देंगे। राकेश कुमार कित्थे दे रहण वाले हो? फाजिलका जी। की समस्या आ रही थी तुसीं एमएलए साहब शिकायत की? एमएलए साहब ने शिकायत की जी सट्टा लाते हैं जी बहुत लाते हैं शरेआम सट्टा चल रहा जी शरेआम सट्टा लाते पे ने लुटते पे ने यानी कि सट्टा लगवाते हैं पर्ची भी नहीं देंगे सट्टा मारिया ने सिर से सट मारी मेरे जी छाती तो मारी सट बुल्ला तो मारी जी। मारी क्यों उन्होंने? बस जी सट क्यों मारी? मैं उन्होंने ये गल कही थी जो गलत बता रहे हैं गलत ना दो जिते चो जो भुगतान अगला लिखा पे उसे भुगतान दो परची बना के दो अगले थोड़े को पैसे लाने आया था चौबीस लवाई है चौबीस उन्हें आ गई तो चौबीस उन्हें चौंती क्यों करती तुम परची बना के दो कच्ची परची बना के दो और दूजे सिटे वाले भी परची बनाते हैं वो परची तो देंगे ना सबूत तो देंगे तो गरीब बंदा कोई लाता भी पाया। कौन लवा सट्टा? सिपाही जटिया महल गए कितने लगता जी फाइल का सट्टा? फाइल का जी बहुत थावे लगता जी ₹400 मैं 5 रुपए का ऐलान करे 5 दिन मेरा उधर आया सी जिन्होंने मैं पर्ची दी उन्होंने भुगतान देता 5 रुपए का इन्होंने को ऐलान गया मैं लाई इन्होंने को भी 24 सी ते इन्होंने वाई पलट दी कहा 24 था मैं 34 लवाई है तुसी जी सबूत नहीं देंगे पर्ची लिख के नहीं देंगे हाथ नाल इन्होंने कहा हाथ नाल लिख के दो तुसी पर्ची वो होर सट्टे वाले भी है वो लिख के देंगे ने पर्ची सबूत तो देंगे ने केड़े सट्टे वाले ने सिप्पे ने नहीं केड़ा लिख के देंदा है सारे दिंदे ने जी ना की है उना दा जेड़ा लिख के नाम ने उना नहीं पता जी किन्ने लोग लांदे ने सट्टा जी बहुत जने लांदे ने जी बहुत सारे जी तुसी किन्ने दा लाया जी सट्टा? मैं 10-20 रुपए दा लाया जी। की मांग करदे हो? मांग मेरा बंदी कार्रवाई करी जावे बंदा कुत्ता जावे बस जी तेरा सट्टा मारिया ने मेरी जाया मेरी चली गई। कदों होई सी लड़ाई है तो? राती जी राती दा 9 बजे दा कट अज रात नु होई सी कल रात नु। की नाम है तुहाडा? किथे रहंदे? राकेश कुमार जी गांधी मोहल्ला। एमएलए नाल गलबात होई की गलबात होई? एमएलए साहब कार्रवाई करा गए मंजी कार्रवाई करा गए गरीब तो लोगों को तंग करते पे न्यू आ जाएगा गलत जाए तो कम नहीं होता। तुम दसिया कितने कितने चल रहे? हाँ जी हाँ जी जरूर दसिया जी सारा दसिया जी और DSP साहब आएंगे हम मैं DSP साहब को जावगा तो मैं जगह भी खा के लियावगा सारे की। एमएलए साहब ने की एक्शन लिया एट ए टाइम की एक्शन लिया जो तुम दसिया? एमएलए साहब ने मंजी कार्रवाई करी की जाएगी सारे सजा दी जाएगी लोगों ने मंजी कार्रवाई।